آل محمد قصیدے عطا کیتے میں باپ بی بی دربار چلے گا اس بی بی کا میں قصیدہ پڑھ کے آپ ہی حاجی بنے اور بی بی میری حج کی یعنی اس بی بی نے میں یہ قصیدہ پڑھے جہاں قصیدہ ہوں میں پڑھتا پہ بھائی شرکت یہ میں غالباً تیسری مدرسے پڑھتا اور ایسے سال میں سن کے میری عادت نہیں عبادت نہیں میں قصیدہ حدیث کے مطابق آیت کے مطابق تاریخ کے مطابق معصوم کے کردار کے مطابق میں قصیدہ شاہ کرانا پڑھا میں اگر میں اس قصیدے دی تھو دوار آنے میں ملکت میں مجمع دستے آئے میں سوان بن سکتے کیونکہ کمالی علی سماد مولا آپ عطا کی کیوئے کمالی علی سوان دوار آنا اجازہ دے میں قصیدہ پر سلوات اچھی آواز مانے کو توحید و رسالت مگر اگر سے مسلم ویلہ
Bismillah. Alhamdulillah. He said,
ਆਏ ਨਾ ਜੀ ਕਰੀ ਨੌਕਰ ਫਿਰ ਵੀ ਕਰੀ ਕਰਦੇ ਰਹੇ ਸਨ ਅੱਗੇ ਹੋ ਕੇ ਆਲਾ ਦੇ ਪੈਗੰਬਰ ਕੀ ਅਤਾ ਆਲਾਦ ਰਹੇਗੀ ਆਲਾ ਦੇ ਪੈਗੰਬਰ ਕੀ ਅਤਾ ਯਾਦ ਰਹੇਗੀ ਤੌਹੀਦ ਕੋ ਇਸ ਘਰ ਕੀ ਵਫਾ ਯਾਦ ਰਹੇਗੀ ਸੈਯਦ ਕਰੀਮ ਦਾ ਪੁੱਤਰ ਕਮਾਲੀ ਅਲੀ ਕਸਮ ਜਾ ਕੇ ਅਗਰ ਹੱਥਾਂ ਦੇ ਰਜਬ ਨੂੰ ਭੇਂਟ ਮਾਮਨ ਦੇ ਰਾਹ ਮਹਾਰਾਮ ਬਿੱਦੀ ਗਿਰੇ ਦੇ ਫਿਰਾ ਅਜ਼ੀਮ ਦੁਲਤ ਮੇਰੇ ਬਾਅਦ ਮੇਰੇ ਬੁਖਾਰੀ ਸੈਯਦ ਇਹਨਾਂ ਦਾ ਪੁੱਤਰ ਉਹਨਾਂ ਦੀ ਨੌਕਰ ਦਾ ਪੁੱਤਰ ਅਠਾਈ ਰਜਬ ਨੂੰ ਭੇਂਟ ਮਾਮਨ ਦੇ ਚੜੀ ਰਾਹ ਮਹਾਰਾਮ ਦੀ ਠੰਡੀ ਹੋਈ ਦੀ ਗਿਰੇ ਫਿਰਾ ਅਜ਼ੀਮ ਦੁਲਤ ਬਾਬਾ ਦਾ ਨਾਮ ਸ਼ਾਹ ਜੇ ਤੈਨੂੰ ਫਿਰਾ ਜੀ ਦਾ ਰਿਹਾ ਵਹਿਣ ਕਰਕੇ ਆ ਦਰਿਆ ਤੇਰਾ ਚੜ੍ਹਨਾ ਨਹੀਂ ਫੁੱਲਦਾ
ਉਹਨਾਂ ਦਾ ਨਸੀਬਾਂ ਨੂੰ ਹੱਲ ਕਰ ਲਿਆ ਆਪਣੇ ਧੀ ਦੇ ਪੇਕੇ ਕੋਈ ਨਾ, ਮੈਂ ਕਿਹਾ ਕਿ ਮਾਂ ਦੇ ਪੇਕੇ ਕੋਈ ਨਾ, ਧੀ ਦੇ ਪੇਕੇ ਠੇਕ ਰਾਮ ਦੀ ਬਸੰਤ ਆ ਕੇ ਧੀ ਤੇ ਮਾਂ ਤੇ ਆਪਣੇ ਨਸੀਬ, ਜਿਹਦੇ ਪੇਕੇ ਕੋਈ ਨਾ ਉਹ ਘਰ ਮਰੀ ਗਈ, ਜਿਹਦੇ ਢੇਰ ਪੇਕੇ ਆ ਉਹਨੂੰ ਸਜਾ ਕੇ ਗਿਆ ਮਾਂ ਨਸੀਬ ਨੇ ਕਰੀ ਬਸ ਰਹੀ ਬਸ ਅੱਲਾ ਦੀ ਕਾਇਨਾਤ ਵਿੱਚ ਮੈਨੂੰ ਉਹ ਭੈਣ ਲਿਖਾ ਤੇ ਉਹ ਭਜਾ ਲਿਖਾ, ਬਿਰਾ ਦਾ ਚਿਹਰਾ ਹੋਵੇ ਤੇ ਭੈਣ ਕਹਿ ਦਿੱਛਾ
ਜਾਂਦਾ।